ਉਹਨੂੰ ਇਹ ਗੱਲ ਸਮਝ ਆ ਗਈ ਜਿੰਨੀ ਚੱਲਣ ਜਾਣਿਆ ਜਿਨ੍ਹਾਂ ਨੇ ਜਾਣ ਲਿਆ ਮੈਂ ਜਾਣਾ ਮੈਂ ਤੇ ਸਦਾ ਨਹੀਂ ਰਹਿਣਾ। ਸ਼ਹਿਰ ਨੇ ਫਰਮਾਨ ਕੀਤਾ ਸੇ ਕਿਉਂ ਕਰੇ ਵੀ ਥਾਰ, ਹੁਣ ਪਤਾ ਵੀ ਮੈਂ ਜਾਣਾ ਸਵੇਰੇ ਹੈ ਇੱਕ ਰਾਤ ਰਹਿਣਾ ਹੈ, ਤੇ ਤੁਸੀਂ ਦੱਸੋ ਵੀ ਬੰਦਾ ਰਾਤ ਸੁੱਖ ਦੀ ਕੱਟੇਗਾ ਜਾਂ ਉਸ ਰਾਤ ਉਹ ਧਨ ਹੀ ਇਕੱਠਾ ਕਰੇਗਾ, ਸੁੱਖ ਦੀ ਕੱਟੇਗਾ ਨਾ, ਖਲਾਰਾ ਥੋੜੀ ਪਾਏਗਾ, ਖਲਾਰਾ ਪਤਾ ਕੌਣ ਪਾਏਗਾ, ਜਿਨ੍ਹਾਂ ਨੂੰ ਪਤਾ ਵੀ ਅਸੀਂ ਜਾਣਾ ਹੀ ਨਾ, ਉਹ ਫਿਰ ਪੱਕੇ ਪ੍ਰਬੰਧ ਕਰ ਦੇਗਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾਲ ਜਾਣਾ ਹੀ ਕਾਜ ਸਵਾਰ ਨਾ ਹਾਰ। ਤੁਸੀਂ ਕਦੇ ਵੇਖੋ ਅਸੀਂ ਜਦੋਂ ਕਿਸੇ ਦੇ ਘਰ ਜਾਂਦੇ ਨਾ ਰਿਸ਼ਤੇਦਾਰੀ ਚ, ਬੱਚੇ ਨਾਲ ਜਾਂਦੇ ਨੇ, ਬੱਚੇ ਖੇਡ ਚ ਮਸਤ ਹੋ ਜਾਂਦੇ, ਖਿਡੌਣੇ ਮਿਲ ਜਾਣ ਉਹਨਾਂ ਨੂੰ, ਹਾਣੀ ਮਿਲ ਜਾਣ, ਉਹ ਕਹਿੰਦੇ ਲੈ ਵੀ ਇਹਨੂੰ ਤੇ ਸਾਥ ਮਿਲ ਗਿਆ। ਹੁਣ ਹੋਇਆ ਕੀ, ਇੱਧਰ ਚੱਲਣ ਦਾ ਸਮਾਂ ਹੋ ਗਿਆ, ਮਾਂ ਨੇ ਆਵਾਜ਼ ਮਾਰੀ ਪੁੱਤ ਚੱਲ ਚੱਲੀਏ, ਧੀਏ ਚੱਲ ਉੱਠਾ, ਉਹ ਕਹਿੰਦਾ ਥੋੜੀ ਦੇਰ ਹੋਰ ਰੁਕੋ, ਉਹ ਕਹਿੰਦਾ ਐਸਾ ਨਹੀਂ ਹੋ ਸਕਦਾ ਵੀ ਆਪਾਂ ਰਾਤ ਜਾਈਏ ਹੀ ਨਾ ਜੀ। ਉਹ ਕਹਿੰਦੀ ਮੈਨੂੰ ਪਤਾ ਮੈਥੋਂ ਕਿਉਂ ਜਿੱਦ ਕਰਦਾ ਵੀ ਰਾਤ ਨਾ ਚੱਲ ਰਹੇ ਇੱਥੇ ਰਹਿਣ ਵਾਸਤੇ, ਕਿਉਂਕਿ ਉਹਨੂੰ ਕਢਾਉਣੇ ਮੇਰੇ ਖੇਡ ਮਿਲੀ ਹੋਈ ਨਾ, ਉਹਨੂੰ ਹੁਣ ਉਹ ਖੇਡ ਛੱਡਣਾ ਨਹੀਂ ਚਾਹੁੰਦਾ। ਆਹੀ ਹਾਲਤ ਸਾਡੀ ਹੈ, ਰੱਬ ਆਵਾਜ਼ ਮਾਰਦਾ ਚੱਲੀਏ, ਕਹਿੰਦਾ ਮਾਲਕ ਥੋੜਾ ਜਿਹਾ ਹੋਰ ਖੇਡ ਲਓ, ਮੈਂ ਥੋੜਾ ਜਿਹਾ ਕੰਮ ਰਹਿ ਗਿਆ, ਬੱਚਿਆਂ ਦਾ ਸੁਆਦ ਲਵਾਂ, ਇੱਕ ਅੱਧਾ ਪੁੱਤ ਵਿਆਹਵਾਂ, ਧੀ ਵਿਆਹ ਲਵਾਂ, ਫਿਰ ਬੰਦਾ ਕਹਿੰਦਾ ਕਿ ਪੋਤਰਾ ਦੋਤਰਾ ਵੀ ਦੇਖ ਹੀ ਜਾਵਾਂ, ਹੁਣ ਥੋੜੀ ਜਿਹੀ ਖੇਡ ਖੇਡ ਲਵਾਂ, ਇਹਦੀ ਖੇਡ ਮੁੱਕਦੀ ਨਹੀਂ। ਉਹ ਬਾਰ ਬਾਰ ਮਿਹਨਤ ਕਰਦਾ, ਅਖੀਰ ਹੁੰਦਾ ਕੀ ਹੈ, ਮਾਂ ਜ਼ਬਰਦਸਤੀ ਬੱਚੇ ਨੂੰ ਲੈ ਕੇ ਨਿਕਲ ਗਈ। ਫਿਰ ਉਹ ਜਾਂਦਾ, ਪਤਾ ਕਿਵੇਂ, ਖੁਸ਼ ਹੋ ਕੇ ਨਹੀਂ ਜਾਂਦਾ, ਰੋ ਕੇ ਜਾਂਦਾ। ਮਾਵਾਂ ਨੂੰ ਤੇ ਪਤਾ, ਫਿਰ ਕਈ ਵਾਰ ਪਤਾ ਕੀ ਕਰਦੀਆਂ ਨੇ, ਤੈਨੂੰ ਮੈਂ ਇੱਕ ਸ਼ਰਤ ਤੇ ਲੈ ਕੇ ਜਾਊਂਗੀ, ਬਸ ਇੰਨਾ ਟਾਈਮ ਆਪਾਂ ਤੋਂ ਵਾਪਸ ਹੋਣ ਪ੍ਰੋਮਿਸ ਕਰ, ਤੇ ਗੱਲ ਤੂੰ ਨਾਲ ਹੋਰ ਸੁਣ ਲੈ, ਜੇ ਤੂੰ ਉਸ ਟਾਈਮ ਤੇ ਨਾ ਨਿਕਲਿਆ ਫਿਰ ਅਗਲੀ ਵਾਰ ਮੈਨੂੰ ਕਹੀ ਨਾ। ਕਹਿੰਦਾ ਠੀਕ ਹੈ। ਹੁਣ ਉਹ ਘੰਟੇ ਵਾਸਤੇ ਲੈ ਕੇ ਆਈ ਹੈ, ਜਿਵੇਂ ਘੰਟਾ ਹੁੰਦਾ ਉਹ ਸਾਰੀ ਖੇਡ ਛੱਡ ਕੇ ਤੁਹਾਨੂੰ ਪਹਿਲਾਂ ਚਲੀ ਗਈ। ਮਾਂ ਕਹਿੰਦੀ ਚੱਲ, ਜਿਹੜੇ ਸਮਝ ਗਏ ਨਾ ਜੀ ਉਹ ਛੱਡ ਕੇ ਤੁਰ ਪੈਂਦੇ ਨੇ। ਹੁਣ ਹਜ਼ੂਰ ਦੀ ਬਾਣੀ ਦਾ ਇੱਕ ਹੋਰ ਬਚਨ ਹੈ, ਰਾਤ ਕਾਰਨ ਧਨ ਸੰਚੀ ਹੈ ਬਲਕਿ ਚੱਲਣ ਕੋਏ, ਇੱਕ ਰਾਤ ਬਾਅਦ ਧਨ ਇਕੱਠਾ ਕੀਤਾ ਸਵੇਰੇ ਬੁਲਾਵਾ ਆ ਗਿਆ। ਫਿਰ ਬੰਦਾ ਨਾ ਰੋ ਕੇ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਬੜੀਆਂ ਯੋਗਤਾ ਬਖਸ਼ੀਆਂ ਨੇ, ਕਹਿੰਦੇ ਜੇ ਸੰਸਾਰ ਦੇ ਵਿੱਚ ਸੁਖੀ ਰਹਿਣਾ ਹੈ ਪ੍ਰਾਹੁਣੇ ਬਣ ਕੇ ਰਹੋ, ਪਰ ਇਹ ਕੰਮ ਹੈ ਔਖਾ ਹੈ। ਤੁਸੀਂ ਵੀ ਜਾਂਦੇ ਹੋ ਪ੍ਰਾਹੁਣੇ ਬਣ ਕੇ, ਹਨਾ ਘਰ ਦੇ, ਹਾਂ ਬਈ ਕੀ ਬਣਾਈਏ, ਪਕੜਾਉਣਾ ਹੈ, ਕੀ ਬਣਾਈਏ, ਕਦੇ ਜੋ ਮਰਜ਼ੀ ਬਣਾ ਲਓ, ਆਪਣੇ ਘਰ ਨਹੀਂ ਕਹਿੰਦਾ, ਆਪਣੇ ਘਰ ਤੇ ਵਧੀਆ ਤੋਂ ਵਧੀਆ ਬਣਿਆ ਹੋਵੇ ਤਾਂ ਵੀ ਨਖਰਾ ਮਾਰ ਆ ਕੀ ਬਣਾ ਲਿਆ। ਹੁਣ ਪ੍ਰਾਹੁਣੇ ਨੂੰ ਸਵਾਲ ਕੀਤਾ ਗਿਆ ਕੀ ਬਣਾਈਏ, ਕਹਿੰਦਾ ਜੋ ਮਰਜ਼ੀ ਬਣਾ ਲਓ, ਕੋਈ ਗੱਲ ਨਹੀਂ, ਚਲੋ ਬਣ ਗਿਆ, ਚੁੱਪ ਕਰਕੇ ਖਾ ਲਿਆ। ਉਹਨੂੰ ਪਤਾ ਨੀ ਮੈਂ ਪ੍ਰਾਹੁਣਾ ਆ, ਸੋਏਗਾ ਕਿੱਥੇ, ਕਹਿੰਦਾ ਜਿੱਥੇ ਮਰਜ਼ੀ ਬਿਸਤਰਾ ਲਾ ਦੋ, ਕੋਈ ਗੱਲ ਨਹੀਂ। ਤੁਸੀਂ ਵੇਖਿਆ ਕਦੇ ਪ੍ਰਾਹੁਣੇ ਨੇ ਸਰਾਣੇ ਪਿੱਛੇ ਜਾਂ ਕੰਬਲ ਪਿੱਛੇ ਜਾਂ ਚਾਦਰ ਪਿੱਛੇ ਲੜਾਈ ਕੀਤੀ ਹੋਵੇ, ਸਾਡੇ ਘਰ ਦੇ ਸਰਾਣੇ ਪਿੱਛੇ ਚਾਦਰਾਂ ਪਿੱਛੇ, ਅੱਛਾ ਸੌਣ ਦੀ ਥਾਂ ਵੀ ਪੱਕੀ ਮੱਲੀ ਹੁੰਦੀ ਵੀ ਮੈਂ ਇੱਥੇ ਸੌਣਾ, ਦੂਜੀ ਥਾਂ ਤੇ ਨਹੀਂ ਸੌਣਾ, ਪ੍ਰਾਹੁਣਾ ਕਦੇ ਨਹੀਂ ਲੜਦਾ। ਫਿਰ ਤੁਸੀਂ ਇੱਕ ਚੀਜ਼ ਹੋਰ ਵੇਖੋ, ਪ੍ਰਾਹੁਣਾ ਜਦੋਂ ਅਗਲੇ ਦੇ ਘਰ ਗਿਆ ਨਾ ਤੇ ਉੱਥੇ ਸਾਰੇ ਕੰਮ ਪ੍ਰਾਹੁਣਾ ਆਪ ਹੀ ਕਰਦਾ, ਕਿਸ ਨੂੰ ਆਵਾਜ਼ ਮਾਰਦਾ, ਮਾਂ ਆਪੇ ਉੱਠ ਕੇ ਜਾਏਗਾ, ਇਸ਼ਨਾਨ ਪਾਣੀ ਕਰੇਗਾ, ਆਹ ਭਾਈ ਤੇਲ ਪਿਆ, ਆਹ ਬੁਰਸ਼ ਪਿਆ, ਸਭ ਕੁਛ ਸਮਾਨ ਪਿਆ ਜਿਹੜੇ ਲੋੜ ਹੈ ਵਾਪਰ। ਅਗਲੇ ਕਹਿੰਦੇ ਵੀ ਇੱਥੇ ਬੜਾ ਹੀ ਚੰਗਾ ਹੈ, ਤੇ ਮਾਲਕ ਦੇ ਜਿਹੜਾ ਪ੍ਰਾਹੁਣਾ ਬਣ ਕੇ ਰਹਿੰਦਾ ਨਾ ਉਹ ਸੁਖੀ ਹੈ। ਫਿਰ ਤੁਸੀਂ ਉਹਨੂੰ ਜਿੰਨੀ ਮਰਜ਼ੀ ਵਧੀਆ ਤੁਸੀਂ ਚੀਜ਼ ਤੇ ਉਹਨੂੰ ਸਵਾ ਦਿਓ, ਖਵਾ ਦਿਓ, ਵਧੀਆ ਤੋਂ ਵਧੀਆ ਭਾਂਡੇ ਫੜੋ, ਤੇ ਉਹਨੂੰ ਪਤਾ ਹੈ ਆਪਾਂ ਉਸੇ ਨੇ ਸਭ ਕੁਛ ਛੱਡ ਕੇ ਜਾਣਾ ਜਾਣਾ ਕਿ ਨਹੀਂ। ਤੇ ਮਾਲਕ ਦੇ ਸੰਸਾਰ ਜਿਹੜਾ ਮੁਸਾਫਰ ਦੀ ਤਰ੍ਹਾਂ ਰਹਿੰਦਾ ਹੈ, ਉਹ ਜਿਵੇਂ ਮਾਲਕ ਦੀ ਧੀਰੀ ਰਜ਼ਾ ਹੈ ਉਹਦੀ ਰਜ਼ਾ ਤੇ ਰਹਿ ਕੇ ਸੁੱਖ ਦੇ ਨਾਲ ਤੁਰ ਪੈਂਦੇ, ਉਹ ਯਾਦ ਰੱਖਦਾ ਵੀ ਮੈਂ ਪ੍ਰਾਹੁਣਾ ਆ। ਬੱਚਾ ਜਿਹੜਾ ਭੁੱਲ ਜਾਂਦਾ ਵੀ ਇੱਥੇ ਆਪਾਂ